ਸਾਡੇ ਦੇਸ਼ ਦੇ 3/4 ਲੋਕ ਖੇਤੀਬਾੜੀ ਨਾਲ ਜੁੜੇ ਹੋਏ ਹਨ, ਪਰ ਸੱਚ ਇਹ ਹੈ ਕਿ ਕਿਸਾਨੀ ਕਰਨ ਵਾਲੇ ਅਤੇ ਲੋਕ ਕਰਜ਼ਦਾਰ ਹਨ ਅਤੇ ਉਹ ਖੇਤੀ ਕੰਮਾਂ ਨਾਲ ਇੰਨਾ ਨਹੀਂ ਕਮਾ ਪਾਉਂਦੇ ਕਿ ਉਧਾਰ ਲੈਣ ਦੀ ਲੋੜ ਨਾ ਪਵੇ। ਡੰਡੀ ਬੀਜ, ਖਾਦ, ਰਸਾਇਣ ਅਤੇ ਸਿੰਚਾਈ ਲਈ ਸ਼ਾਹੂਕਾਰਾਂ ਕੋਲ ਕਿਸਾਨਾਂ ਨੂੰ ਆਪਣੀ ਹੋਣ ਵਾਲੀ ਉਪਜ ਨੂੰ ਗਿਰਵੀ ਰੱਖਣ ਲਈ ਮਜਬੂਰ ਹੋਣਾ ਪੈਂਦਾ ਹੈ। ਡੰਡੀ ਸਰਕਾਰ ਆਪਣੇ ਵੱਲੋਂ ਬਣਾਏ ਖੇਤੀ ਕਾਨੂੰਨਾਂ ਦੀ ਵਕਾਲਤ ਕਰਦਿਆਂ ਅਤੇ ਉਹਨਾਂ ਨੂੰ ਕਿਸਾਨਾਂ ਲਈ ਲਾਭਕਾਰੀ ਦੱਸਦਿਆਂ ਇਹ ਗਲਤੀ ਕਰ ਜਾਂਦੀ ਹੈ ਕਿ ਕਿਸਾਨ ਜਿਨ੍ਹਾਂ ਦੀ ਜ਼ਮੀਨ ਘੱਟ ਹੈ ਅਤੇ ਜਿਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਉਹ ਗਰੀਬੀ ਦੀ ਦਲਦਲ ਵਿੱਚੋਂ ਜਿੰਨਾ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਹਨ ਉਹਨਾਂ ਹੀ ਹੋਰ ਇਸ ਵਿੱਚ ਧੱਸਦੇ ਜਾਂਦੇ ਹਨ। ਡੰਡੇ ਉਹਨਾਂ ਲਈ ਸਰਕਾਰ ਦਾ ਇਹ ਕਹਿਣਾ ਬੇਮਤਲਬ ਹੋ ਜਾਂਦਾ ਹੈ ਕਿ ਅਜਿਹੇ ਹੀ ਕਿਸਾਨਾਂ ਦੀ ਆਮਦਨ ਵਧਾਉਣ ਲਈ ਇਹ ਕਾਨੂੰਨ ਬਣਾਏ ਗਏ ਹਨ ਅਤੇ ਤ੍ਰਾਸਦੀ ਇਹ ਹੈ ਕਿ ਉਹਨਾਂ ਨੂੰ ਅੰਨਦਾਤੇ ਕਿਹਾ ਜਾਂਦਾ ਹੈ, ਜਦਕਿ ਉਹਨਾਂ ਲਈ 2 ਵਕਤ ਦੀ ਰੋਟੀ ਕਮਾਉਣਾ ਵੀ ਮੁਸ਼ਕਲ ਹੈ। ਜਦ ਹਕੀਕਤ ਇਹ ਹੈ ਤਾਂ ਸੋਚਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਅਜਿਹੇ ਕਿਸਾਨ ਇਹਨਾਂ ਕਾਨੂੰਨਾਂ ਦਾ ਲਾਭ ਉਠਾਉਣ ਦੇ ਸਮਰੱਥ ਹਨ। ਪ੍ਰਸ਼ਨ ਚਿੰਨ੍ਹ ਉਦਾਹਰਨ ਲਈ ਇਹ ਪ੍ਰਵਚਨ ਦੇਣਾ ਕਿ ਇਹਨਾਂ ਕਾਨੂੰਨਾਂ ਦੇ ਲਾਗੂ ਹੋਣ 'ਤੇ ਕਿਸਾਨ ਆਪਣੀ ਫਸਲ ਕਿਤੇ ਵੀ ਕਿਸੇ ਨੂੰ ਵੀ ਆਪਣੇ ਤੈਅ ਕੀਤੇ ਭਾਅ 'ਤੇ ਵੇਚ ਸਕਦਾ ਹੈ, ਤਾਂ ਇਹ ਗੱਲ ਕਿਸਾਨ ਲਈ ਇਹ ਦੂਰ ਦੇ ਢੋਲ ਸੁਹਾਵਣੇ ਹੋਣ ਵਾਂਗ ਹੈ। ਡੰਡੇ ਕਿਉਂਕਿ ਛੋਟੇ ਅਤੇ ਦਰਮਿਆਨੇ ਕਿਸਾਨਾਂ ਕੋਲ ਆਪਣੀ ਫਸਲ ਨੂੰ ਦੂਜੀ ਥਾਂ 'ਤੇ ਵੇਚਣ ਲਈ ਨਾ ਤਾਂ ਲਿਜਾਣ ਦੀ ਸਹੂਲਤ ਹੈ ਅਤੇ ਨਾ ਹੀ ਇੰਨੇ ਪੈਸੇ ਕਿ ਉਹ ਢੋਆ ਢੁਆਈ ਦਾ ਖਰਚਾ ਚੁੱਕ ਸਕਣ। ਡੰਡੇ ਜੋ ਲੋਕ ਇਹ ਕਹਿੰਦੇ ਹਨ ਕਿ ਆਪਣੀ ਉਪਜ ਦਾ ਭੰਡਾਰਨ ਕਰ ਲਓ ਅਤੇ ਜਦੋਂ ਚੰਗੀ ਕੀਮਤ ਮਿਲੇ ਤਾਂ ਵੇਚ ਦਿਓ, ਉਹ ਇਹ ਭੁੱਲ ਜਾਂਦੇ ਹਨ ਕਿ ਇੰਨੀ ਛੋਟੇ ਖੇਤਾਂ ਵਾਲੇ ਕਿਸਾਨਾਂ ਦੀ ਸਟੋਰਾਂ ਦਾ ਕਿਰਾਇਆ ਚੁੱਕਣ ਦੀ ਹੈਸੀਅਤ ਹੁੰਦੀ ਤਾਂ ਉਹ ਸ਼ਾਹੂਕਾਰਾਂ ਕੋਲ ਹੈ। ਇੱਕ ਤਰ੍ਹਾਂ ਨਾਲ ਪੈਦਾਵਾਰ ਪਹਿਲਾਂ ਤੋਂ ਗਿਰਵੀ ਰੱਖ ਕੇ ਕਰਜ਼ਾ ਕਿਉਂ ਲੈਂਦੇ? ਪ੍ਰਸ਼ਨ ਹੁਣ ਗੱਲ ਆਉਂਦੀ ਹੈ ਕਿ ਕਿਸਾਨ ਦਾ ਕਾਰਪੋਰੇਟ ਜਗਤ ਅਤੇ ਅਜਿਹੇ ਵਪਾਰੀਆਂ ਨਾਲ ਕਰਾਰ ਕਰਨਾ ਜੋ ਖੇਤੀਬਾੜੀ ਵਿੱਚ ਪੈਸਾ ਲਗਾ ਕੇ 1 ਰੁਪਏ ਦੇ 10 ਬਣਾਉਣ ਦੀ ਨੀਅਤ ਰੱਖਦੇ ਹਨ ਅਤੇ ਜਿਨ੍ਹਾਂ ਦਾ ਖੇਤੀ ਨਾਲ ਦੂਰ ਦੂਰ ਤੱਕ ਦਾ ਨਾ ਕਦੇ ਵਾਸਤਾ ਰਿਹਾ ਹੋਵੇ ਅਤੇ ਨਾ ਉਹਨਾਂ ਦਾ ਇਸ ਧੰਦੇ ਨੂੰ ਅਪਣਾਉਣ ਦਾ ਇਰਾਦਾ ਹੋਵੇ, ਤਾਂ ਜ਼ਾਹਿਰ ਹੈ ਕਿ ਕਿਸਾਨ ਦੇ ਅਨਪੜ੍ਹ ਜਾਂ ਘੱਟ ਪੜ੍ਹੇ ਲਿਖੇ ਹੋਣ ਦਾ ਫਾਇਦਾ ਚੁੱਕ ਕੇ ਇਸ ਤਰ੍ਹਾਂ ਦੇ ਕਰਾਰ ਕਰਨ ਦੀ ਕੋਸ਼ਿਸ਼ ਕਰਨਗੇ ਜਿਨ੍ਹਾਂ ਨਾਲ ਉਹਨਾਂ ਦਾ ਤਾਂ ਭਰਪੂਰ ਫਾਇਦਾ ਹੋਵੇ ਅਤੇ ਕਿਸਾਨ ਜਿਸ ਦੀ ਜ਼ਮੀਨ ਹੈ ਉਸ ਨੂੰ ਇੰਨਾ ਵੀ ਨਾ ਮਿਲੇ। ਸਟਾਕ